असीं हमेशा खुशियां पालते हाँ अपनी जिंदगी दे विच, चंगीयां चीज़ां अपने वास्ते असीं पालते हाँ, मंगते हाँ, कामना करते हाँ। पर इत्थे मैं एक सीक्रेट तुहाडे नाल शेयर करना चाहुंदा कि खुशियां जिहड़ियां हन मंगियां नहीं मिलदियां, वंडियां मिलदियां हैं। जदों असीं किसे कोलों कुछ एक्सपैक्ट करते हाँ ते जे उह सानूं ना मिले ते असीं जिहड़ा है मायूस हो जांदे हाँ, सानूं उस दा बड़ा अफसोस हुंदा हैगा। पर जे असीं किसे नूं देण दी इच्छा रखदे हाँ तां असीं हमेशा खुशी हासिल करते हाँ, तो खुशी प्राप्त करन दा जिहड़ा है सब तो वधिया तरीका यह है कि आपां खुशियां वंडीए। एक गल तुहाडे नाल शेयर करते हैं कि पुराने जमाने की गल है कि एक बंदा पिंड दे विचों गली दे विचों लंघ रहा सी, तो उहने वेख्या कि दो भरा जिन्हां दे घर बिल्कुल नाल नाल लगते सी, ते छोटा भरा जिहड़ा है अपने घर दाने का ढेर लगा सी, ते वड्डे भरा दे घर भी जिहड़ा है दाने का ढेर लग्या सी, क्योंकि खेती उन्होंने जिहड़ी सांभी सी, फसल सांभी सी, ते घर उन्होंने अपने ढेर लाए हुए सी, जिहड़े अनाज इकट्ठा करके फसल लै के आए सी। छोटा भरा अपने घरों पीपे भर भर के जिहड़ा है वड्डे भरा दे जिहड़ा दाने का बोल लग्या सी, ढेर लग्या सी, उहदे उत्ते सट्टी जांदा सी, वो बंदा उत्थों लंघिया, उहने वेख्या की करदा, ते वो अपने घरों जिहड़ा है दाणियां दे पीपे भर भर के अपने वड्डे भरा दे जिहड़े हन बोल दे उत्ते सट्टी जांदा सी। उहने पुछया भी आह बड़ी अजीब जी गल देखी है, लोकी चोरी करदे ते देखे ने, पर ये अपने घरों पीपे भर भर के जिहड़ा उधर सट्टी जांदा अपने वड्डे भरा दे। उहने पुछया भी ये की तू की करदा, वो कहिंदा मेरे भरा दे बच्चे जिहड़े ना वड्डे हो गए ने, हुण विआहन जोगे हो गए ने, इस करके मैं सोचदा मेरा तां कोई गल नहीं सर जाणा हैगा, मेरे मैं अपने भरा नूं वैसे दाणे दित्ते ते उहने लैणे नहीं हैगे, इस करके मैं चोरी अपने दाणे जिहड़े अपने भरा दे बोल दे उत्ते जिहड़ा सट्टदा पिआ हैगा। ਉਹ ਬੰਦੇ ਨੇ ਬੜਾ ਖੁਸ਼ੀ ਹੋਈ ਤੇ ਚਲਾ ਗਿਆ। ਮੁੜ ਕੇ ਜਦੋਂ ਵਾਪਸੀ ਤੇ ਲੰਘਿਆ ਵੇਖਿਆ ਉਹਦਾ ਵੱਡਾ ਭਰਾ ਆਪਣੇ ਘਰੋਂ ਪੀਪੇ ਭਰ ਭਰ ਕੇ ਦਾਣੇ ਜਿਹੜੇ ਹਨ ਉਹ ਆਪਣੇ ਛੋਟੇ ਭਰਾ ਦੇ ਜਿਹੜੇ ਹਨ ਬੋਲ ਦੇ ਉੱਤੇ ਸੱਟੀ ਜਾਂਦਾ, ਤੇ ਉਹਨੇ ਉਹਨੂੰ ਪੁੱਛਿਆ ਵੀ ਇਹ ਤੂੰ ਕੀ ਕਰਦਾ ਪਿਆ ਹੈਗਾ। ਉਹ ਕਹਿੰਦਾ ਦੇਖੋ ਮੇਰੇ ਬੱਚੇ ਤੇ ਵੱਡੇ ਹੋ ਗਏ ਨੇ, ਕਹਿੰਦਾ ਮੇਰਾ ਭਰਾ ਛੋਟਾ ਹੈ ਉਹਦੇ ਬੱਚੇ ਵੀ ਛੋਟੇ ਨੇ, ਉਹਦੀਆਂ ਲੋੜਾਂ ਜ਼ਿਆਦੀਆਂ ਨੇ, ਇਸ ਕਰਕੇ ਮੈਂ ਸੋਚਦਾ ਜੇ ਛੋਟੇ ਭਰਾ ਨੂੰ ਮੈਂ ਵੈਸੇ ਦਿੱਤੇ ਦਾਣੇ ਮਦਦ ਕੀਤੀ ਤਾਂ ਉਹਨੇ ਲੈਣੇ ਨਹੀਂ ਹੈਗੇ, ਤੇ ਹੁਣ ਉਹ ਅੰਦਰ ਸੁੱਤਾ ਪਿਆ ਤੇ ਮੈਂ ਉਹਦੇ ਬੋਲ ਦੇ ਉੱਤੇ ਆਪਣੇ ਦਾਣੇ ਜਿਹੜੇ ਹਨ ਉਹਦੇ ਬੋਲ ਦੇ ਉੱਤੇ ਜਿਹੜਾ ਮੈਂ ਸੁੱਟ ਰਿਹਾ ਹੈਗਾ। ਤੇ ਇਸ ਤਰ੍ਹਾਂ ਜਿਹੜੀਆਂ ਹਨ ਉਹ ਇੱਕ ਦੂਜੇ ਦੀ ਜਿਹੜੀ ਹੈ ਮਦਦ ਕਰ ਰਹੇ ਨੇ, ਇੱਕ ਦੂਜੇ ਦੀ ਜਿਹੜੀ ਹੈ ਉਹ ਸਹਾਇਤਾ ਕਰਦੇ, ਇੱਕ ਦੂਜੇ ਦੀ ਲੋੜ ਸਮਝ ਰਹੇ ਹਨ, ਇੱਕ ਦੂਜੇ ਦੀਆਂ ਜਿਹੜਾ ਹੈ ਉਹ ਭਾਵਨਾਵਾਂ ਸਮਝਦੇ ਹਨ, ਲੋੜਾਂ ਸਮਝਦੇ ਹਨ, ਉਹ ਵੰਡ ਰਹੇ ਹਨ। ਜੇ ਵੰਡ ਰਹੇ ਤਾਂ ਉਹਨਾਂ ਨੂੰ ਵਾਪਸ ਮਿਲ ਵੀ ਰਿਹਾ, ਜਿਵੇਂ ਅਸੀਂ ਇਸ ਸਟੋਰੀ ਦੇ ਵਿੱਚ ਜਿਹੜਾ ਦੇਖਿਆ ਹੈਗਾ। ਇਸੇ ਤਰ੍ਹਾਂ ਇੱਕ ਹੋਰ ਛੋਟੀ ਜਿਹੀ ਗੱਲ ਸਾਂਝੀ ਕਰਦਾ। ਇੱਕ ਬੰਦਾ ਆਪਣੇ ਘਰ ਦੇ ਬਾਹਰ ਗੱਡੀ ਧੋ ਰਿਹਾ ਸੀ, ਤੇ ਗੱਡੀ ਧੋ ਰਿਹਾ ਤੇ ਨਾਲ ਦੇ ਗਵਾਂਢੀ ਨੇ ਪੁੱਛਿਆ ਤੂੰ ਨਵੀਂ ਗੱਡੀ ਲਈ, ਕਹਿੰਦਾ ਨਾ ਯਾਰ ਮੈਂ ਗੱਡੀ ਲੈਣ ਜੋਗਾ ਕਿੱਥੇ, ਇਹ ਤੇ ਮੇਰੇ ਵੱਡੇ ਭਰਾ ਨੇ ਮੈਨੂੰ ਤੋਹਫਾ ਦਿੱਤਾ। ਤੇ ਉਹ ਕਹਿੰਦਾ ਕਾਸ਼ ਕਿ ਮੇਰਾ ਵੱਡਾ ਭਰਾ ਵੀ ਤੇਰੇ ਵੱਡੇ ਭਰਾ ਵਰਗਾ ਹੁੰਦਾ, ਪਰ ਉਹਨੇ ਇਹ ਨਹੀਂ ਸੋਚ ਕਿਹਾ ਕਿ ਮੈਂ ਵੀ ਤੇਰੇ ਵੱਡੇ ਭਰਾ ਵਰਗਾ ਹੁੰਦਾ, ਕਿਉਂਕਿ ਜਦੋਂ ਉਹ ਇਹ ਸੋਚਦਾ ਕਿ ਕਾਸ਼ ਮੇਰਾ ਭਰਾ ਵੀ ਤੇਰੇ ਭਰਾ ਵਰਗਾ ਹੁੰਦਾ ਤਾਂ ਉਹ ਵੀ ਮੈਨੂੰ ਕਾਰ ਦਿੰਦਾ, ਨਹੀਂ ਦਿੱਤੀ ਤਾਂ ਦੁਖੀ ਹੋ ਰਿਹਾ ਹੈਗਾ। ਉਹਨੇ ਇਹ ਕਿਉਂ ਨਹੀਂ ਸੋਚਿਆ ਹੈਗਾ ਕਿ ਮੈਂ ਵੀ ਤੇਰੇ ਵੱਡੇ ਭਰਾ ਵਰਗਾ ਹੁੰਦਾ, ਰੱਬ ਨੇ ਮੈਨੂੰ ਵੀ ਸਮਰੱਥਾ ਦਿੱਤੀ ਹੁੰਦੀ ਕਿ ਮੇਰੇ ਕੋਲ ਪੈਸੇ ਹੁੰਦੇ, ਮੈਂ ਆਪਣੇ ਛੋਟੇ ਭਰਾ ਨੂੰ ਜਿਹੜਾ ਹੈ ਤੋਹਫਾ ਦਿੰਦਾ, ਗੱਡੀ ਦਾ ਜਾਂ ਕਿਸੇ ਵੀ ਚੀਜ਼ ਦਾ ਜਿਹੜਾ ਦੇ ਸਕਦਾ ਸੀ। ਤੋ ਇਹ ਸੋਚ ਨੂੰ ਜਿਹੜਾ ਟਵਿਸਟ ਕਰਨ ਦੀ ਲੋੜ ਹੈਗੀ ਹੈ ਜਦੋਂ ਅਸੀਂ ਐਕਸਪੈਕਟ ਕਰਦੇ ਹਾਂ। ਕਹਿੰਦੇ ਕਿ ਇਫ ਯੂ ਵਾਂਟ ਟੂ ਲਿਵ ਹੈਪੀਲੀ ਦੈਨ ਨੈਵਰ ਐਕਸਪੈਕਟ ਐਨੀਥਿੰਗ ਫਰੋਮ ਐਨੀਬਾਡੀ, ਕਿਸੇ ਕੋਲੋਂ ਵੀ ਕੁਛ ਐਕਸਪੈਕਟ ਨਾ ਕਰੋ, ਤੁਸੀਂ ਦਿਓਗੇ ਤਾਂ ਤੁਹਾਨੂੰ ਖੁਸ਼ੀਆਂ ਜਿਹੜੀਆਂ ਹਨ ਆਟੋਮੈਟਿਕਲੀ ਮਿਲਣਗੀਆਂ। ਜਦੋਂ ਵੀ ਅਸੀਂ ਕਿਸੇ ਨੂੰ ਕੁਛ ਦਿੰਦੇ ਹਾਂ ਉਹਦੇ ਮੂੰਹ ਦੇ ਵਿੱਚੋਂ, ਉਹਦੀ ਸੋਚ ਦੇ ਵਿੱਚੋਂ ਜਿਹੜੀਆਂ ਸਾਡੇ ਵਾਸਤੇ ਚੰਗੀਆਂ ਗੱਲਾਂ, ਸਾਡੇ ਵਾਸਤੇ ਸ਼ੁਭ ਕਾਮਨਾਵਾਂ ਜਿਹੜੀਆਂ ਹਨ ਨਿਕਲਦੀਆਂ ਹਨ, ਤੇ ਅਸੀਂ ਤਰੱਕੀ ਕਰਦੇ ਹਾਂ। ਕਿਉਂਕਿ ਅਗਰ ਤੁਹਾਡੇ ਵਾਸਤੇ ਕੋਈ ਸ਼ੁਭ ਕਾਮਨਾ ਰੱਖਦਾ, ਤੁਹਾਡੇ ਵਾਸਤੇ ਕੋਈ ਚੰਗਾ ਸੋਚਦਾ, ਤਾਂ ਤੁਸੀਂ ਜਿਹੜੀ ਹੈ ਜ਼ਿਆਦਾ ਤਰੱਕੀ ਜਿਹੜੀ ਕਰੋਗੇ। ਥੋੜ੍ਹਾ ਥੋੜ੍ਹਾ ਯੋਗਦਾਨ ਜਿਹੜਾ ਹੈ ਅਸੀਂ ਆਪਣੇ ਲੈਵਲ ਦੇ ਉੱਤੇ ਜਿਹੜਾ ਹੈ, ਸਾਰੀ ਹੀ ਦੁਨੀਆ ਅਗਰ ਥੋੜ੍ਹਾ ਥੋੜ੍ਹਾ ਵੀ ਯੋਗਦਾਨ ਪਾਉਣ ਲੱਗੇ ਤਾਂ ਇਹ ਦੁਨੀਆ ਹੀ ਜਿਹੜਾ ਹੈ ਸਵਰਗ ਬਣ ਜਾਂਦੀ ਹੈ। ਪਰ ਅਸੀਂ ਸੋਚਦੇ ਹਾਂ ਵੀ ਸਾਨੂੰ ਕਰਨ ਦੀ ਕੀ ਲੋੜ ਹੈਗੀ ਹੈ, ਕੋਈ ਹੋਰ ਕਰ ਦੇਵੇਗਾ। ਜਾਂਦੇ ਜਾਂਦੇ ਇੱਕ ਗੱਲ ਹੋਰ ਇੱਥੇ ਸਾਂਝੀ ਕਰਨਾ ਚਾਹੁੰਦਾ ਕਿ ਆਪਾਂ ਸੋਚਦੇ ਹਾਂ ਵੀ ਕੋਈ ਕਰ ਦੇਵੇਗਾ। ਇੱਕ ਵਾਰੀ ਇੱਕ ਮੰਦਰ ਦੇ ਪੰਡਿਤ ਨੇ ਸੋਚਿਆ ਕਿ ਆਪਾਂ ਨਾ ਬੜਾ ਵੱਡਾ ਕੋਈ ਯੱਗ ਕਰਨਾ ਹੈਗਾ, ਅਤੇ ਉਹਨੇ ਸਾਰਿਆਂ ਨੂੰ ਕਿਹਾ ਵੀ ਅਸੀਂ ਇਹ ਜਿਹੜਾ ਮੰਦਰ ਦਾ ਤਲਾਬ ਹੈ ਨਾ ਇਹਨੂੰ ਦੁੱਧ ਨਾਲ ਭਰਨਾ, ਅਤੇ ਕੱਲ੍ਹ ਨੂੰ ਸਾਰੀ ਸੰਗਤ ਜਿਹੜੀ ਹੈਗੀ ਇੱਕ ਇੱਕ ਲੀਟਰ ਦੁੱਧ ਜਿਹੜਾ ਹੈ ਲੈ ਕੇ ਆਏਗੀ। ਮਤਲਬ 10-20 ਹਜ਼ਾਰ ਬੰਦਾ ਹੈਗਾ ਅਤੇ ਸਾਰੇ ਵੀ ਇੱਕ ਇੱਕ ਲੀਟਰ ਲੈ ਕੇ ਆਉਣਗੇ ਤਾਂ ਉਹ ਕਾਫੀ ਜਿਹੜਾ ਹੈ ਭਰ ਜਾਏਗਾ। ਅਤੇ ਕੱਲ੍ਹ ਨੂੰ ਜਿਹੜਾ ਹੈ ਤਾਂ ਤੁਸੀਂ ਸਾਰੇ ਜਿੰਨੇ 4 ਵਜੇ ਤੋਂ ਪਹਿਲਾਂ ਜਿਹੜਾ ਹੈਗਾ ਤੁਸੀਂ ਇਹਨੂੰ ਭਰ ਦੇਣਾ ਹੈਗਾ। ਤਾਂ ਉਹ ਵੇਖਿਆ ਕਿ ਜਦੋਂ ਸਵੇਰੇ ਉੱਠੇ ਦਿਨ ਚੜ੍ਹਿਆ ਅਤੇ ਐਕਸਪੈਕਟ ਤਾਂ ਇਹ ਕੀਤਾ ਜਾ ਰਿਹਾ ਸੀ ਕਿ ਦੁੱਧ ਦਾ ਜਿਹੜਾ ਹੈ ਤਲਾਬ ਭਰਿਆ ਹੋਵੇਗਾ, ਪਰ ਵੇਖਿਆ ਸਾਰਾ ਪਾਣੀ ਦਾ ਹੀ ਤਲਾਬ ਭਰਿਆ ਹੋਇਆ ਸੀ।
ਤੇ ਉਹ ਬੜੇ ਹੈਰਾਨ ਹੋਏ ਤੇ ਜਦੋਂ ਫਿਰ ਪੰਡਿਤ ਨੇ ਪੁਜਾਰੀ ਨੇ ਜਦੋਂ ਸ਼ੁਰੂ ਹੋਇਆ ਸਮਾਗਮ ਤਾਂ ਉਹਨੇ ਪੁੱਛਿਆ ਵੀ ਯਾਰ ਮੈਨੂੰ ਇਹ ਗੱਲ ਨਹੀਂ ਸਮਝ ਲੱਗੀ ਵੀ ਕਿਤੇ ਮੇਰੇ ਕਹਿਣ ਦੇ ਵਿੱਚ ਤਾਂ ਨਹੀਂ ਭੁਲੇਖਾ ਲੱਗ ਗਿਆ ਕਿ ਪਾਣੀ ਨਾਲ ਭਰਨਾ ਕਿ ਦੁੱਧ ਨਾਲ ਭਰਨਾ ਹੈਗਾ ਵੀ ਇਹ ਤਾਂ ਪਾਣੀ ਨਾਲ ਭਰ ਗਿਆ ਹੈਗਾ ਅਤੇ ਮੈਂ ਤਾਂ ਕਿਹਾ ਸੀ ਦੁੱਧ ਨਾਲ ਇਹਨੂੰ ਭਰਨਾ ਹੈਗਾ ਅਤੇ ਵਿੱਚੋਂ ਕੁਛ ਕੁ ਬੰਦਿਆਂ ਨੇ ਜਿਹੜੀ ਆ ਬੇਨਤੀ ਕੀਤੀ ਕਿ ਕਹਿੰਦੇ ਜੀ ਮੈਂ ਤਾਂ ਪਾਣੀ ਪਾਇਆ ਸੀ ਮੈਨੂੰ ਪਤਾ ਸੀ ਦੁੱਧ ਪਾਉਣਾ ਪਰ ਮੈਂ ਪਾਣੀ ਪਾਇਆ ਸੀ ਮੈਂ ਕਿਹਾ ਇੰਨੀ ਸੰਗਤ ਨੇ ਜਿਹੜਾ ਹੈਗਾ ਵੀ ਦੁੱਧ ਲੈ ਕੇ ਆਉਣਾ ਜੇ ਮੈਂ ਇੱਕ ਗੜੀ ਵਿੱਚ ਪਾਣੀ ਵੀ ਪਾ ਦਿਆਂਗਾ ਤਾਂ ਕਿਹੜਾ ਪਤਾ ਲੱਗਣਾ ਉਹ ਫਿਰ ਸਾਰੇ ਬੋਲਣ ਲੱਗ ਪਏ ਵੀ ਅਸੀਂ ਵੀ ਐਂ ਹੀ ਸੋਚਿਆ ਸੀ ਤਾਂ ਸਾਰਿਆਂ ਨੇ ਐਂ ਹੀ ਸੋਚਿਆ ਕਿ ਮੇਰੇ ਇੱਕ ਗੜਵੀ ਜਿਹੜਾ ਹੈਗਾ ਪਾਣੀ ਪਾਉਣ ਦੇ ਨਾਲ ਕੀ ਫਰਕ ਪੈਣਾ ਅਤੇ ਬਾਕੀ ਸਾਰਿਆਂ ਨੇ ਦੁੱਧ ਤਾਂ ਪਾਉਣਾ ਹੀ ਹੈ ਜਦੋਂ ਅਸੀਂ ਦੂਸਰਿਆਂ ਤੋਂ ਆਸ ਰੱਖਦੇ ਹਾਂ ਉਹ ਵੀ ਸਾਡੀ ਵਰਗੀ ਹੀ ਸੋਚ ਰੱਖਦੇ ਨੇ ਇਸ ਕਰਕੇ ਕਦੀ ਇਹ ਨਾ ਸੋਚੋ ਕਿ ਦੂਸਰਾ ਕਰ ਦੇਗਾ ਇਸ ਨਵੇਂ ਸਾਲ ਦੇ ਵਿੱਚ 2019 ਦੇ ਵਿੱਚ ਤੁਸੀਂ ਵੀ ਇਹ ਆਪਣੇ ਮਨ ਦੇ ਵਿੱਚ ਧਾਰਨਾ ਧਾਰਨੀ ਹੈ ਇਹ ਡਿਸੀਜਨ ਲੈਣਾ ਰਿਜ਼ੋਲੂਸ਼ਨ ਕਰਨਾ ਕਿ ਕੋਈ ਨਾ ਕੋਈ ਚੰਗਾ ਕੰਮ ਸੋਸਾਇਟੀ ਵਾਸਤੇ ਕਿਸੇ ਦੂਸਰੇ ਵਾਸਤੇ ਕਿਸੇ ਨੀਡੀ ਪਰਸਨ ਵਾਸਤੇ ਕਿਸੇ ਲੋੜਵੰਦ ਵਾਸਤੇ ਜਿਹੜਾ ਹੈ ਭਾਵੇਂ ਛੋਟੇ ਤੋਂ ਛੋਟਾ ਵੀ ਜਿਹੜਾ ਹੈ ਯੋਗਦਾਨ ਹੋਵੇ ਕਿਸੇ ਦੀ ਤੁਸੀਂ ਸਲਾਹ ਦੇ ਕੇ ਵੀ ਮਦਦ ਕਰ ਸਕਦੇ ਹੋ ਕਿਸੇ ਨੂੰ ਪੈਸਾ ਦੇ ਕੇ ਕਰ ਸਕਦੇ ਹੋ ਕਿਸੇ ਨੂੰ ਪੜ੍ਹਾ ਕੇ ਕਰ ਸਕਦੇ ਹੋ ਕਿਸੇ ਨੂੰ ਕੋਈ ਕੱਪੜਾ ਦੇ ਕੇ ਕੋਈ ਨਵਾਂ ਕੋਈ ਪੁਰਾਣਾ ਕੁਛ ਵੀ ਦੇ ਕੇ ਬਹੁਤ ਸਾਰੇ ਤਰੀਕੇ ਹੈਗੇ ਨੇ ਕਿ ਜਿਹਦੇ ਨਾਲ ਤੁਸੀਂ ਕਿਸੇ ਲੋੜਵੰਦ ਦੀ ਜਿਹੜੀ ਮਦਦ ਕਰ ਸਕਦੇ ਹੋ ਕਿਸੇ ਦੀ ਸਹਾਇਤਾ ਕਰ ਸਕਦੇ ਹੋ ਅਤੇ ਇਹਦੇ ਨਾਲ ਜਿਹੜੀਆਂ ਹੈਗੀਆਂ ਜਿਹੜੀ ਮੈਂ ਤੁਹਾਡੇ ਵਾਸਤੇ ਕਾਮਨਾ ਕੀਤੀ ਹੈ ਕਿ ਪਰਮਾਤਮਾ ਨਾ ਕਰੇ ਕਿ ਇਹ ਨਵਾਂ ਸਾਲ ਤੁਹਾਡੇ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਇਹੋ ਹੀ ਉਹ ਤਰੀਕਾ ਹੈਗਾ ਜਿਹਦੇ ਨਾਲ ਤੁਸੀਂ ਢੇਰ ਸਾਰੀਆਂ ਖੁਸ਼ੀਆਂ ਖੇੜੇ ਜਿਹੜੇ ਹੈ ਪ੍ਰਾਪਤ ਕਰ ਸਕਦੇ ਹੋ ਆਸ ਹੈ ਕਿ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਏਗੀ ਅਤੇ 2019 ਦੇ ਵਿੱਚ ਇਸੇ ਤਰ੍ਹਾਂ ਤੁਹਾਡੇ ਨਾਲ ਮੁਲਾਕਾਤ ਹੁੰਦੀ ਰਹੇਗੀ ਤਦ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ।